थाना चंडेरे दी आउंदे पिंड सैंसला खुर्द विखे होए अन्ने कातल दी गुत्थी नूं सुलझाउंदे होए पुलिस ने बुटीक दा काम करन वाली औरत वल्लों अपने दर्जी प्रेमी नाल मिल के अपने पति नूं नींद दीआं गोलियां दे के उस दे सिर उत्ते तेज हथियार दे नाल हमला करके मौत दे घाट उतारन वाले मामले दी गुत्थी नूं सुलझाउंदे होए औरत अते उस दे प्रेमी नूं काबू कीता अते कोर्ट दे विच पेश करके 2 दिन दा रिमांड हासिल कीता। पुलिस अधिकारी ने दस्सिया कि मृतक दे 2 छोटे बच्चे सन। इस औरत दे दर्जी दे नाल पिछले 4-5 साल तो संबंध सन। इन्हां दोवां ने मिल के मृतक मंगल सिंह नूं सिर विच राड़ मार के मौत दे घाट उतार दिता। कल चंडेर थाने च पिंड पैंदा सैंसरा घर, सैंसरे ते पता लगा सी कि एक व्यक्ति दा कतल होया ते उहदी वाइफ वल्लों जो दस्सिया गया कि इनिशियली कि रात नूं इह अपना ब्लड प्रैशर दा मरीज़ है ते रात नूं अपनी दवाई लैण गया सी ते इहने आ के दस्सिया कि इहदे नाल मार कुटाई हुई है, सिर्फ उत्थों पाई हुई है ते मैं कहा कि आ के सौ गए ने फिर ते सवेरे इह उठ नहीं सके ने। अपने रिश्तेदारां नूं भी दस्सिया, सानूं भी पता लगा सी वी उत्थे जिसले मौके ते गए ते सिर दी सट काफ़ी गंभीर सी, कोई सिर दी सट कोई इस तरीके दी सी कि जे उह लगी है ते उस वक्त बंदे दी या ते डैथ हो जाएगी ते या बंदा तुर फिर नहीं सकेगा। ते जिहड़ा इहदा बयान दस्सिया जाणा कि बाहरों आ के सौं गए, आ के मोटरसाइकिल चला के आए तो मामला शक्की लगा। फिर बाद विचों इहदे नाल सख्ती नाल पुछगिछ कीती गई लेडी दे नाल ते इह गल डिस्कलोज होई कि इह बुटीक दा काम करदी है, उहदी दुकान है सैंसरे खुर्द। उहदे नाल ही इहदा इक रोशन नाम दा लड़का ਉਹ ਵੀ ਦਰਜੀ ਦੁਕਾਨ ਕਰਦਾ, ਉਹਦੇ ਨਾਲ ਇਹਦੇ ਇਲਿਸਿਟ ਰਿਲੇਸ਼ਨ ਸੀ ਅਤੇ ਉਸ ਦਿਨ ਵੀ ਰਾਤ ਅੱਛਾ ਇਸ ਨੂੰ ਆਪਣਾ ਮੰਗਲ ਸਿੰਘ ਨੂੰ ਪਤਾ ਲੱਗ ਗਿਆ ਸੀ ਅਤੇ ਇਹਦੇ ਨਾਲ ਗੁੱਸੇ ਗਰਮੀ ਹੋਇਆ ਸੀ 2-3 ਵਾਰੀ ਦੁਕਾਨ 'ਤੇ, ਇਸ ਗੱਲ ਦੀ ਵੀ ਰੰਜਿਆ ਸੀ ਅਤੇ ਇਹਨਾਂ ਨੂੰ ਸ਼ਾਇਦ ਮਿਲਣ ਗਿਲਣ 'ਚ ਔਕੜ ਆਉਣ ਲੱਗ ਪਈ ਅਤੇ ਪਰਸੋਂ ਰਾਤ ਇਹਨਾਂ ਨੇ ਕੀ ਕੀਤਾ ਕਿ ਲੜਕਾ ਇਹਨਾਂ ਨਾਲ ਫੋਨ 'ਤੇ ਗੱਲ ਕਰਕੇ ਆਇਆ, ਬਾਹਰੋਂ ਦਰਵਾਜ਼ਾ ਨਹੀਂ ਖੋਲ੍ਹਿਆ ਕਿਉਂਕਿ ਦਰਵਾਜ਼ੇ ਦੀ ਚਾਬੀ ਉੱਧਰ ਸੀ ਅਤੇ ਦਰਵਾਜ਼ੇ ਦਾ ਪਤਾ ਨਾ ਲੱਗ ਜਾਵੇ, ਇਹ ਕੰਧ ਟੱਪ ਕੇ ਅੰਦਰ ਆਇਆ। ਲੜਕੇ ਨੇ ਜਿਹੜਾ ਮਰਨ ਵਾਲੇ ਉਹਨੇ ਦਾਰੂ ਪੀਤੀ ਸੀ, ਇਹਨਾਂ ਨੇ ਲੱਤਾਂ ਦੇ ਉਹਦੀਆਂ ਬਾਹਾਂ ਬੰਨ੍ਹ ਦਿੱਤੀਆਂ ਅਤੇ ਇਹਨਾਂ ਨੇ ਮੁੜ ਕੇ ਬਾਅਦ ਵਿੱਚੋਂ ਉਹਦੇ ਸਿਰ 'ਤੇ ਮਿਲ ਕੇ ਬਾਹਾਂ ਬੰਨ੍ਹੀਆਂ ਸੀ ਇਹਦੀਆਂ ਅਤੇ ਸਿਰ 'ਤੇ ਕੁਝ ਕੰਧਾਲੀ ਟਾਈਪ ਹੋਈ ਸੀ, ਉਹ ਛੱਬਲ ਜਿਹਨੂੰ ਹੁੰਦੀ ਉਹ ਮਾਰੀ, ਉਹਦੇ ਸਿਰ 'ਤੇ 2 ਸੱਟਾਂ ਲੱਗੀਆਂ ਨੇ ਅਤੇ ਬਟ ਉਹਦੇ ਨਾਲ ਉੱਥੇ ਮੌਕੇ 'ਤੇ ਉਹਦੀ ਡੈਥ ਹੋ ਗਈ ਅਤੇ ਜਿਹੜਾ ਲਾਸ਼ ਦਾ ਜਿਹੜਾ ਖੂਨ ਖਾਨ ਸੀ ਉਹਦਾ ਜਿਹੜਾ ਬੈੱਡ ਦੀ ਢੋਅ 'ਤੇ ਅਤੇ ਉਹਦੇ ਵਿੱਚ ਜਿਹੜਾ ਵਗਿਆ ਸੀ ਉਹ ਸਾਰਾ ਸਾਫ਼ ਸੂਫ ਕਰਕੇ ਇਹਨਾਂ ਨੇ ਰਾਤ ਹੀ ਸਾਰਾ ਸਮੇਟ ਦਿੱਤਾ, ਮਤਲਬ 2-3 ਘੰਟੇ ਤੋਂ ਮੁੜ ਕੇ ਬਾਅਦ 'ਚੋਂ ਇਹੋ ਕੰਮ ਕਰਦੇ ਰਹੇ। ਇਸ ਲੇਡੀ ਨੇ 4-23 ਦੇ ਆਪਣੇ ਕਿਸੇ ਨਾਲ ਸ਼ਰੀਕੇ ਵਾਲਿਆਂ ਤਾਂ ਕਿਸੇ ਨੂੰ ਨਹੀਂ ਦੱਸਿਆ ਅਤੇ ਦੂਸਰੇ ਪਿੰਡ ਤੋਂ ਕੋਈ ਹਟ ਗਏ ਇੱਕ ਆਦਮੀ ਨੂੰ ਫੋਨ ਕੀਤਾ ਆਪਣੀ ਦੱਸਣ ਵਾਸਤੇ ਕਿ ਬਈ ਇਹ ਕੰਮ ਹੋਇਆ ਅਤੇ ਉਹ ਤੋਂ ਵੀ ਸਾਰਾ ਮਾਮਲਾ ਸ਼ੱਕੀ ਲੱਗਦਾ ਸੀ। ਉਹਦਾ ਘਰ ਦੇ ਵੀ ਬਾਹਰ ਵਿਹੜੇ ਤੋਂ ਪਿਛਲੇ ਪਾਸਿਓਂ ਵੀ ਥੋੜ੍ਹੇ ਬਲੱਡ ਸਟੇਨ ਮਿਲ ਗਏ ਅਤੇ ਜਿਹਦੇ ਨਾਲ ਇਹ ਗੱਲ ਪੁਖਤਾ ਹੋ ਗਈ ਕਿ ਇਹਦਾ ਕਤਲ ਇੱਥੇ ਹੀ ਹੋਇਆ। ਥੋੜ੍ਹੀ ਸਖਤੀ ਕਰਨ ਨਾਲ ਫਿਰ ਇਹ ਲੇਡੀ ਮੰਨ ਗਈ ਕਿ ਬਈ ਇਸ ਤਰ੍ਹਾਂ ਹੁੰਦੇ ਅਤੇ ਉਹਦੇ ਜਿਹੜਾ ਆਪਣਾ ਰੋਸ਼ਨ ਸੀ ਆਪਣੇ ਯਾਰ ਨਾਲ ਮਿਲ ਕੇ ਉਹਨਾਂ ਦਾ ਕਤਲ ਕਰ ਦਿੱਤਾ। ਇਹਦੇ ਰੀਸੈਂਟਲੀ ਸੀ, 4-5 ਮਹੀਨੇ ਤੋਂ ਹੀ ਸੀ ਇਹਦੇ ਸੰਬੰਧ। ਸਰ ਕਿੰਨੇ ਬੱਚੇ ਜੀ? ਬੱਚੇ 2 ਹੈ, ਛੋਟੇ ਬੱਚੇ ਨੇ, ਇੱਕ ਲੜਕਾ ਅਤੇ ਇੱਕ ਲੜਕੀ। ਹਾਂ, ਕਿੰਨੇ ਦਾ ਰਿਮਾਂਡ ਉਹਦਾ? 2 ਦਿਨ ਦਾ ਰਿਮਾਂਡ ਮਿਲ ਗਿਆ, ਬਾਕੀ ਜਿਹੜੀ ਰਿਕਵਰੀ ਹੈ ਜਿਹੜੇ ਵੈਪਨ ਓਫੈਂਸ ਉਹ ਸੀ ਕਰਨਾ।